ਜਾਂਦੀ ਦਾ ਤੂੰ ਤਾਂ ਪਿਓ ਵੀ ਜਾ ਹੈ ਮੂੰਹ ਮੈਂ ਮਰਤੀ ਮਰ ਜਾਣਾ ਕੀ ਗੱਲ ਹੈ ਕੀ ਕਰਦੀਆਂ ਓਰਾ ਇੱਧਰ ਆ ਤੇਰੀ ਰੱਖ ਦੇ ਦੀ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕੀ ਕਿਹਾ ਓਰੇ ਆ ਤੂੰ ਛੱਡ ਦੇ ਛੱਡ ਦੇ ਨੂੰ ਅੱਜ ਰੰਡਾ ਹੂੰ ਮੈਂ ਪਰਾਂ ਹੋ ਜਾ ਪਰਾਂ ਹੋ ਜਾ ਤੈਨੂੰ ਮੈਂ ਤੱਥੀ ਜਾਣਾ ਤੂੰ ਛੱਡ ਦੇ ਨੂੰ ਮੇਰੀ ਮੇਰੀ ਕੋ ਮਾਰਦਾ ਮੈਂ ਲੈ ਜਾਣਿਓ ਮੈਂ ਕਰ ਜਣਾ ਆਈ ਭੱਜ ਕੇ ਮੈਂ ਮਾਰਤੀ ਤੇਰੇ ਪਿਓ ਨੇ ਨਾਨੀ ਆ ਜੇ ਘਰ ਤੇ ਖੁੱਲ ਜਾ ਇੱਧਰ ਆ ਇੱਧਰ ਆ ओ पुत प्रीतो हमरा चोल आले अंदर मा जाना पापा मैं तो तन्नू आए कहनी थी आया वाया 5-10 दिन होर ला जा दस कि तन्नू काली हो रही है कोई ओ कौनू भाई मेरे को टाइम नहीं हैगा हुण ले टाइम नु दस नाल एदे विच एहो जा की रख्या हूं चोला चोला ला रख्या पूरा फड़ा पुत्ता एदे विच ना 20-25 कर दणे नवीआं जदों भी मैं किसे बुढ़ी दा कातल करना हुंदा नवा नवी कर दे नाल करदा कर दो उथी छट्या होणा मैं क्यों हां हथां दे निशान रह जांदे ने नाल पुत्त मेरी इक गल आ गई पता की है मैनूं तां जाना पै गया कट्ठी 20-25 किले दा टक ते कब्जा करना सी अच्छा करोड़ां दा कम आ पुत्त उत्थे लै इक आ देख लै इहनूं रोड़ां दा कम भी नहीं आउंदा करोड़ां दा तां कित्थे करूगा भाई जान निचली कई मरी जांदी आ पापा जी मूरे ओ पुत्त इहदा की तूं पुछदी आ जे इहदे नाल इक अद्धे थावें मैं होर वग गया मेरा तां जमी वजूद ही खत्म हो जू क्यों लग गया हुण पता तूं तां उहदे हुब हुब के बोलदा ती ना भाई ਐ ਕੋ ਜੂ ਦੂ ਖਤਮ ਹੋ ਜੂ ਮੈਂ ਤਾਂ ਮਰਜਾ ਪਰ ਲੈ ਜਾਣ ਨੂੰ ਫਿਰਦਾ ਸੋਨੂੰ ਉਹ ਪਹਿਲਾਂ ਇਧਰੋਂ ਮੈਂ ਲੈ ਆਵਾਂ ਤੁਹਾਡੇ ਵਾਸਤੇ ਪੈਸਾ ਭੇਜ ਦੂੰ ਨਾਲੇ ਗੱਲ ਸੁਣ ਲੈ ਪਰੌਣਿਆ ਤੇਰਾ ਹਿੱਸਾ ਤਾਂ ਮੈਂ ਵਿੱਚ ਰੱਖੂ ਪੱਕਾ ਪੈਸੇ ਦੀ ਘਾਟ ਐ ਇਸ ਘਰੇ ਪਾਥਣੇ ਮਗਰੇ ਹੀ ਬਣਾਵਾਂਗੇ ਮੌਸਮ ਵੀ ਬੇਈਮਾਨ ਐ ਜਰਾ ਇਹ ਓਏ ਮੁੰਡੇ ਡੀਕ ਰਹੇ ਨੇ ਜਿਹੜੇ ਵੱਡੇ ਕਬਜ਼ੇ ਨੇ ਨਾ ਉਹ ਮੇਥੋਂ ਬਿਨਾ ਨਹੀਂ ਹੁੰਦੇ ਹੈਗੇ ਮੈਨੂੰ ਜਾਣਾ ਜ਼ਰੂਰੀ ਆ ਪੁੱਤ ਮੈਂ ਚੱਲੂ ਪਾਪਾ ਜੀ ਕੱਲ ਨੂੰ ਤੁਹਾਡੇ ਨਾਲ ਅੱਜ ਰਹੋ ਤੁਸੀਂ ਨਹੀਂ ਤੂੰ ਨਹੀਂ ਜਾਣਾ ਹੈਗਾ ਮੇਰੇ ਨਾਲ ਮੇਰੀ ਗੱਲ ਖਾਣ ਪੀਣ ਦੀ ਤੂੰ ਖਾਣ ਪੀਣ ਨੂੰ ਬਾਹਰ ਗੋਲੀ ਉੱਥੇ ਦਾ ਪਤਾ ਨਹੀਂ ਕਿੰਨੇ ਕ ਬੱਕਰੇ ਵੱਡੇ ਹੋਣੇ 20-25 ਦਾ ਬੱਕਰੇ ਵੱਡਾਂਗੇ ਜਾਣ ਤੋਂ ਪਹਿਲਾਂ ਅਸੀਂ ਹੁਣ ਜਾਣ ਹਾਂ ਜਾਣਾ ਪਊਗਾ ਮੈਨੂੰ ਨਾਲ ਇੱਕ ਗੱਲ ਹੋਰ ਆ ਪੁੱਤ ਦੇਖ ਮੈਨੂੰ ਤਾਂ ਉੱਥੇ ਕਬਜ਼ੇ ਦੇ ਵਿੱਚ ਕੁਝ ਹੋ ਵੀ ਗਿਆ ਮੰਨ ਲਾ ਜੇਲ੍ਹ ਹੋ ਗਈ ਕਾਤਲ ਹੋ ਗਿਆ ਮੇਰੇ ਤਾਂ ਕੋਈ ਮਾਗਰ ਮੂਰੇ ਵੀ ਨਹੀਂ ਮੈਂ ਮੇਰੀ ਕੁੜੀ ਨੂੰ ਰੰਡੀ ਨਹੀਂ ਕਰਨੀ ਚਾਹੁੰਦਾ ਤੈਨੂੰ ਨਹੀਂ ਮੈਂ ਲੈ ਕੇ ਜਾਂਦਾ ਇਹ ਤਾਂ ਨਜ਼ਰਾਂ ਤੋਂ ਬਹੁਤ ਸਾਲਾਂ ਦੀ ਰੰਡੀ ਹੋਈ ਐ ਚੱਲ ਚੱਲ ਪਾਪਾ ਇਹਦੀਆਂ ਗੱਲਾਂ ਚਾ ਨਾ ਤੂੰ ਆਇਆ ਕਰ ਇਹ ਤਾਂ ਬੋਲਦੀ ਐਂਦਾ ਚੱਲ ਚੱਲ ਐ ਨਹੀਂ ਕਰਦੇ ਹੁੰਦੇ ਘਬਰਾਉਂਦੇ ਨੇ ਉਹਦੇ ਮੇਰਾ ਜੀ ਨਹੀਂ ਲੱਗਣਾ ਪਾਪਾ ਜੀ ਉਹ ਲੱਗ ਜੂ ਪੁੱਤਾ ਮੈਂ ਤਾਂ ਫੇਰ ਵਾਪਸ ਆ ਜੂੰ ਪੈਸੇ ਵੀ ਲੈ ਕੇ ਆਉਣ ਨਾਲੇ ਚੁੱਪ ਚੁੱਪ ਐ ਨਹੀਂ ਕਰਦੇ ਹੁੰਦੇ ਸਿਰ ਚੱਲ ਚੱਕ ਮੋਟਰਸਾਈਕਲ ਚੱਕ ਧੀਆ ਮਗੂ ਦੇ ਨੰਗੇ ਨੇ ਛੋਡੇ ਨਾਲ ਮੇਰੀ ਗੱਲ ਸੁਣ ਜਦੋਂ ਕੋਈ ਭੈਣ ਭਾਈ ਜਾਂਦਾ ਹੋਵੇ ਰੋਇਆ ਨਹੀਂ ਕਰਦੇ ਚੱਲ 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 ਹੱਕ ਮੋਟਰਸਾਈਕਲ ਚੱਕ ਅਬ ਸੋਗਣਾ ਹੁੰਦਾ ਹੈਗਾ ਚੰਗਾ ਪੁੱਤ ਫੇਰ ਹਾਂ ਠੀਕ ਆ ਪਾਪਾ ਆ ਜੀ ਚੰਗਾ ਛੇਤੀ ਕੋਈ ਨਾ ਸਿਰ ਚੱਲ ਚੱਲ ਹੱਕ ਕਰ ਕੋਈ ਟੁੱਟਿਆ ਪੈਸਾ ਦੇ ਦਾਂਦੀ ਪਾਪੇ ਨੂੰ ਕਿਉਂ ਕੀ ਕਰਨਾ ਟੁੱਟਿਆ ਪੈਸਿਆਂ ਦੀ ਕੀ ਲੋੜ ਆ ਪੁੱਤ ਪੈਸਾ ਤੂੰ ਕਰੋੜਾਂ ਰੁਪਇਆ ਲੈ ਕੇ ਆਉਂ ਮੈਂ ਦੇਖੀ ਜਦੋਂ ਆਇਆ ਨਾਲੇ ਹੁਣ ਤਾਂ ਤੂੰ ਕਹਿਣ ਲੱਗ ਰਿਹਾ ਸੀ ਇਸ ਘਰੇ ਕੀ ਪੈਸਿਆਂ ਦੀ ਘਾਟ ਹੈਗੀ ਤੇਰੇ ਲਵੇ ਹੈ ਨਹੀਂ ਪੈਸੇ ਕੋਈ ਘਾਟ ਨਹੀਂ ਪੁੱਤਾ ਮੇਰੀ ਗੱਲ ਸੁਣ ਪਾਪਾ ਧਿਆਨ ਨਾਲ ਜਾਈ ਕਿਤੇ ਹੋਰ ਗੋਡੇ ਤੋੜ ਦੇ ਬਿਠਾ ਕੇ ਨਾ ਇਹ ਤਾਂ ਡਰਾਈਵਰ ਚੋਟੀ ਦਾ ਹੈ ਪੂਰਾ ਲੈ ਪਹਿਲਾਂ ਤੇਰੇ ਤੋੜ ਲਿਆ ਤੇ ਗੋਡੇ ਨਾਲੇ ਹੋਰ ਪਹਾੜਾਂ 'ਚ ਚਲਾਉਂਦਾ ਰਿਹਾ ਮਿੱਟੀ ਪੱਟਣੀ ਮੈਂ ਇਹਨੂੰ ਪਤੀ ਨਹੀਂ ਪਾਪਾ ਜੀ ਗੱਲ ਕੀ ਆ ਵੇ ਮੈਨੂੰ ਕੀ ਪਤਾ ਲੱਗਦਾ ਤੂੰ ਕਿੱਥੇ ਕੀ ਕਰਕੇ ਆਉਣਾਗਾ ਤੈਨੂੰ ਪਤਾ ਹੋਣਾ ਚਾਹੀਦਾ ਹੀ ਤਾਂ ਕੁੱਟ ਖਾਂਦੀ ਆ ਇਹ ਇੱਧਰ ਗੱਲ ਸੁਣਨ ਜੋਗਾ ਪਾਪਾ ਜੀ ਹਾਂ ਪਹਾੜਾਂ ਤੇ ਮਸ਼ੀਨ ਚਲਾਉਂਦਾ ਰਿਹਾ ਮਿੱਟੀ ਪੱਟਣੀ ਮੈਂ ਠੀਕ ਆ ਸਿਰਾ ਠੀਕ ਆ ਇਹ ਕਹਿੰਦੀ ਤੇਰੇ ਗੋਡੇ ਤੋੜ ਦੂ ਉਹ ਐਡੇ ਐਡੇ ਕਬਜ਼ਿਆਂ ਤੇ ਜਾਂਦਾ ਇਹ ਹੈ ਪ੍ਰਧਾਨ ਬੰਦਾ ਇਹ ਤਾਂ ਏਸੇ ਮੋਟਰਸਾਈਕਲ ਤੇ ਗੱਡੀ ਤੇ ਆਉਂਦੀ ਤੇ ਬਚ ਕੇ ਆਉਂਦਾ ਇਹ ਚੱਲ ਪਾਪਾ ਬਚ ਕੇ ਆਉਂਦਾ ਹੋਣਾ ਤੂੰ ਕਹਿੰਦੀ ਆ ਚਲਾਉਣਾ ਨਹੀਂ ਆਉਂਦਾ ਜਮੀ ਤੈਨੂੰ ਆਕਲ ਨਹੀਂ ਹੈ ਕੁੜੀ ਚੱਲ ਸਿਰਾ ਚੱਲ ਤੂੰ ਸੁਣ ਗਿਆ ਹੁਣ ਤੁਹਾਨੂੰ ਸੁਣ ਗਿਆ ਸੁਣ ਮੈਨੂੰ ਆਕਲਾਂ ਕਿੱਥੇ ਦੀ ਜਿਹੜੀਆਂ ਹੈਗੀ ਤੇ ਆਕਲਾਂ ਇਹਨੇ ਖਾਲੀਆਂ ਐਂ ਕੁੱਟ ਖਾਂਦੇ ਦਹੀਂ ਡਾਂਗ ਓ ਚਾਚਾ ਸਿਰਾਂ ਰਹਿਣ ਦੇ ਰਹਿਣ ਤੇਰੇ ਬਾਬਲ ਦੇ ਸਾਹਮਣੇ ਕੁੱਟੂਗਾ ਫਿਰਦੀਆਂ ਸ਼ੁਕਰੀ ਤੂੰ ਦੇਖ ਕਹਾਂ ਵੱਜਿਆ ਤੂੰ ਚੁੱਪ ਕਰ ਜਾ ਕੁੜੀ ਇੱਕ ਤਾਂ ਮੈਨੂੰ ਨਾ ਡਾਂਗ ਫੇਰਨੀ ਪਾਜੇ ਤੇਰੇ ਮੈਂ ਲੇਟ ਹੋ ਰਿਹਾ ਪਾਪਾ ਤੂੰ ਟਿਕ ਜਾ ਜੇ ਇਹੀ ਚਾਚ ਨੇ ਤਾਂ ਤੈਨੂੰ ਘਰੇ ਨਹੀਂ ਕੋਈ ਵਾਰਦਾ ਧਰ ਦੇ ਦੇ ਛੱਤੇ ਹੱਥ ਬਾਪੂ ਜੀ ਛੱਤੇ ਧਰ ਦੋ ਜੋੜ ਦੀ ਮੰਗਾ ਇਹ ਮੇਰੇ ਵੀ ਧਰ ਦੋ ਚੱਲ ਹੱਥ ਪਾ ਕੇ ਪਾਈ ਜੀ ਲੈ ਉਹ ਮੈਨੂੰ ਕਾਨੂੰ ਮਾਗਾ ਹੱਥ ਪਾਕੁੰਦੇ ਨੂੰ ਚੱਲ ਪੈਸੇ ਤਾਂ ਹੁਣ ਤੇਰੇ ਦਵਾਂਗੇ ਪਹਿਲਾਂ ਦਿੱਤੇ ਨਹੀਂ ਲੱਖਾਂ ਪਿਆ ਹਜੇ ਤੇਰੇ ਸਿਲੰਡਰ ਚਕਾਤੇ ਮੈਂ ਕਿੱਥੇ ਫਿਰਦਾ ਕਿਹੜੀਆਂ ਗੱਲਾਂ ਕਰਦਾ ਜਾ ਤੂੰ ਆਹੋ ਬਸ ਤੂੰ ਬਾਹਰ 'ਚ ਸਿਲੰਡਰ ਧਰਦੀ ਮੈਂ ਉੱਥੇ ਪੈਸੇ ਧਰ ਦੂੰ ਸਿਲੰਡਰ ਲੈ ਜੂੰ ਪੈਸੇ ਧਰ ਦੂੰ ਹਾਂ ਕੱਟ ਫੋਨ ਕੱਟ ਆ ਕਾਲੀ ਬਹੁਤ ਇੱਕ ਤਾਂ ਉਹ ਕਰਨਾ ਨਾ ਉਹ ਜੱਟਾ ਉਹ ਆ ਜਾ ਸਿਲੰਡਰ ਤਾਂ ਭਰਿਆ ਪਿਆ ਮਿਲ ਗਿਆ ਸਿਲੰਡਰ ਤਾਂ ਆ ਜਾ ਮੂਤੀ ਜੀ ਚੱਕ ਲਊਂ ਮੈਂ ਤਾਂ ਆ ਜਾ ਸਿਲੰਡਰ ਤਾਂ ਮੇਰਾ ਭਰਿਆ ਪਿਆ ਤੇਰਾ ਬੱਬੇ ਮਾਏ ਭਾਰਨੀਆਂ ਕੰਜਰਾ ਹੈ ਦੱਸ ਕੀ ਕਰਨਾ ਸਿਲੰਡਰ ਤੇਰਾ ਤਾਂ ਸਿਲੰਡਰ ਫਟੂਗਾ ਹੁਣ ਪਰਨਣ ਦਾ ਭਰ ਗਿਆ ਤੇਰਾ ਸਿਲੰਡਰ ਫਟੂਗਾ ਹੁਣ ਹਾਂ ਤੈਨੂੰ ਮਚਾਉਂ ਤੈਨੂੰ ਫੂਕੂ ਸਿਲੰਡਰ ਨਾਲ ਮੈਂ ਤੇਰੇ ਨਾਲ ਤੀਵੀਂ ਵਜਣ ਨਾਲ ਕੋਈ ਗੱਲ ਨਹੀਂ ਕਰਦਾ ਉਹਨੂੰ ਬਾਹਰ ਭੇਜ ਕਿੱਥੇ ਆ ਉਹ ਤਾਂ ਹੈ ਹੀ ਨਹੀਂ ਘਰੇ
ਕਰਦੀਆਂ ਫਿਰ ਉਹ ਤੋਂ ਬਣਾ ਕੀ ਗੱਲ ਹੈ ਤੂੰ ਚੱਲ ਬਾਹਰ ਹਾਂ ਕਿਉਂ ਜਾਵਾਂ ਬਾਹਰ ਮੈਂ ਮਰ ਜਾਣਾ ਨਾ ਹੋਵੇ ਤਾਂ ਕੀ ਕਰਤੂਤਾ ਕਰਦਾ ਬੇੜੀ ਬੈਠੀ ਵਾਲਾ ਇਹ ਗੱਲ ਸੁਣਦੀ ਹੈ ਸੁਣਾ ਮੈਂ ਤੇਰੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਮੈਂ ਤੈਨੂੰ ਮੈਂ ਕਿਹੜਾ ਤੇਰੇ ਨਾਲ ਗੱਲ ਕਰਕੇ ਰਾਜ਼ੀ ਨਾ ਮੈਂ ਆਪਦੇ ਲੈਵਲ ਦੇ ਬੰਦੇ ਨਾਲ ਗੱਲ ਕਰਦਾ ਅੱਛੇ ਆ ਕੀ ਗੱਲ ਮੈਂ ਲੈਵਲ ਦੀ ਨਹੀਂ ਨਾ ਤੂੰ ਹੈ ਹੀ ਨਹੀਂ ਜਿਹੜਾ ਤੇਰਾ ਮੇਰਾ ਲੈਵਲ ਸਮਝਿਆ ਲੈਵਲ ਕੀ ਹੁੰਦਾ ਹਾਂ ਉਹ ਮੈਚ ਦਾ ਨਹੀਂ ਤੂੰ ਇੱਥੇ ਆ ਰਾਮ ਇੱਥੇ ਤੂੰ ਫਿਰ ਆਏ ਉਹਦੇ ਕੋਲ ਡੋਕੇ ਲੈਣ ਆਉਣਾ ਹੈ ਡਿਫਰੈਂਸ ਹੈ ਅੱਛਾ ਹਾਂ ਨਾ ਮੈਨੂੰ ਦੱਸ ਪਹਿਲਾਂ ਤੇਰੀਆਂ ਐਨ ਕਰ ਲੰਮਾ ਚੱਜ ਹੈ ਹਾਂ ਪਹਿਲਾਂ ਦੱਸ ਮੇਰੀ ਜੜ ਵਾਲੇ ਹੈ ਨਾ ਐਨ ਆਏ ਵੀ ਕਨੈਲ ਕਰ ਨਹੀਂ ਹੈਗਾ ਹੈ ਨਾ ਹੁਣ ਬਾਹਰ ਲੈਵਲ ਹੈਗਾ ਕਿ ਨਾ ਹੈਗਾ ਪੁੱਛਾਂ ਤੈਨੂੰ ਲੈਵਲ ਦਾ ਪਤਾ ਵੀ ਕੰਜਰਾ ਤੇ ਸਾਡਾ ਸਾਰਾ ਘਰ ਪਟਦਾ ਸਾਰਾ ਨਹੀਂ ਪਟਦਾ ਆ ਸਾਡਾ ਬੁੜਾ ਪੁੱਠੇ ਕੰਮਾਂ ਤੇ ਲਾਦਾ ਜਮਾ ਦਾਰੂ ਦੀ ਘੁੱਟ ਨਹੀਂ ਪੀਂਦਾ ਤੇ ਤੈਨੂੰ ਲਾਇਆ ਇਹੋ ਤੈਨੂੰ ਲਾਇਆ ਇਹੋ ਹੈ ਅੱਜ ਮੈਂ ਘਰ ਬੰਨਾ ਹੈ ਮੈਂ ਘਰ ਬੰਨਾ ਹੈ ਠੀਕ ਹੈ ਤੂੰ ਮੇਰੇ ਤੇ ਦੂਸਰਾ ਲੋਕੇ ਕਰ ਰਿਹਾ ਤੂੰ ਜਾਣ ਦੇ ਸਾਡੇ ਪਿੰਡ ਚ ਤਾਈ ਭੰਨਿਆ ਕਰ ਤੈਨੂੰ ਕਰਵਾਈਆਂ ਅੱਜ ਤੂੰ ਮੈਨੂੰ ਗੱਲਾਂ ਫਸ ਗਿਆ ਆ ਕਿਹੜਾ ਕਰਨਾ ਹੈ ਸਿੰਗਾਦੀ ਨਾਲ ਅਜੇ ਨੂੰ ਲਾ ਰੰਡੇ ਬੇੜੀ ਬੈਠੀ ਵਾਲਾ ਮਲਾਂਗਾ ਟੀਵੀ ਤੋਂ ਕਟਾਤਾ ਭਗ ਜਾ ਸਾਹੂਕਾਰ ਸਾਹਿਬ ਭਗ ਜਾ ਭਗ ਜਾ ਨਾਲੇ ਨਾ ਭਗ ਜਾ ਆਈ ਤੂੰ ਹੁਣ ਦੁਬਾਰੇ ਜਿਸ ਨੀ ਮੈਨੂੰ ਕਰਨਾ ਲਾ ਹੁਣ ਫਿਰਦਾ ਜਿਤਨਾ ਸਿਰ ਨਾ ਪਾੜੇ ਤੇਰਾ ਭਗ ਜਾ ਭਗ ਜਾ ਕੀ ਜੂਨ ਕਰਤੀ ਹੋ ਮੇਰੀ ਬੰਦੇ ਦੇ ਦੇਖ ਲੈ ਇੰਨੇ ਕੈਲੀਅਰ ਸੱਟ ਕੇ ਇਹ ਬੰਦੇ ਨਾਲ ਰਲ ਗਿਆ ਪੱਟੀ ਪੇਸ਼ ਕਰਤੀ ਯਾਰ ਸਾਰੇ ਕੰਮ ਦੀ ਯਾਰ ਪੱਟੀ ਪੇਸ਼ ਤੂੰ ਮਿਲਦਾ ਸਹੀ ਮੇਰਾ ਸਾਲਿਆ ਤੂੰ ਮਿਲਦਾ ਸਹੀ ਮੈਨੂੰ ਟਾਂਕਰਾਂ ਕਰਾ ਮੇਰਾ ਮੈਂ ਮਰਿਆ ਨੂੰ ਤੈਨੂੰ ਕਰਕੇ ਟਾਂਕਰਾਂ ਕੋਈ ਨਾ ਕੁੱਟ ਲੈ ਮੈਨੂੰ ਕੁੱਟ ਲੈ ਕੰਧ ਨੂੰ ਕੁੱਟ ਲੈ ਨਸੀਬ ਆ ਪਰ ਮੈਂ ਤੈਨੂੰ ਇੱਕ ਚੈਲੰਜ ਕਰਦਾ ਠੀਕ ਹੈ ਜਿਹੜੇ ਹੱਥਾਂ ਨਾਲ ਤਾਂ ਮੈਨੂੰ ਕੁੱਟਿਆ ਨਾ ਇਹ ਹੱਥ ਤੈਨੂੰ ਕਦੇ ਬੰਨਣੇ ਪੈਣਗੇ ਜਿੱਥੇ ਮੇਰਾ ਯਾਰ ਕਰਨਾ ਲੱਗ ਗਿਆ ਠੀਕ ਹੈ ਦਰਪੇਸ਼ ਨੂੰ ਪਛਤਾਉਣੇ ਤੁਸੀਂ ਹਾਂ ਵੇ ਤੇਰੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਫਿਰ ਕੀ ਤੂੰ ਰੋਜ਼ ਹੀ ਸਾਡੀਆਂ ਬੁੜੀਆਂ ਨੂੰ ਪੁੱਠਾ ਬੋਲ ਦੇਣਾ ਹੈਂ ਰੋਜ਼ ਹੀ ਸਾਡੀਆਂ ਬੁੜੀਆਂ ਨੂੰ ਪੁੱਠਾ ਬੋਲ ਦੇਣਾ ਹਾਂ ਮੈਂ ਗੱਲ ਸੁਣ ਗੱਲੀ ਗਾਂ ਵਧੀਆ ਨੇ ਤੂੰ ਗੱਲ ਸੁਣ ਤੂੰ ਇੰਨਾ ਤਾਂ ਨਹੀਂ ਸੋਚਦਾ ਤੈਨੂੰ ਮੈਂ ਸਿਧਾਰੂ ਹੁਣ ਮੈਂ ਤੈਨੂੰ ਗੱਲ ਕਰਤੀ ਹਾਂ ਦੱਸ ਗੱਲ ਮੈਨੂੰ ਮਾਰ ਮੈਨੂੰ ਮੇਰੇ ਗਾਲ ਉੱਠਾ ਦੇ ਆਪੀ ਮਰ ਜਾਏਗਾ ਆਪੀ ਮਰ ਜਾਏਗਾ ਮਾੜੀ ਦੇ ਕਰਨ ਵਾਲਾ ਆਪੀ ਮੈਨੂੰ ਮਾਰ ਮੈਨੂੰ ਮਾਰਦੀ ਨਹੀਂ ਉਹ ਤੂੰ ਹੱਟਦੀ ਮੈਨੂੰ ਮਾਰ ਦੇ ਮੈਨੂੰ ਮਾਰ ਦੇ ਹਾਂ ਮਾਰਾਂਗੇ ਤੈਨੂੰ ਤੈਨੂੰ ਥੋੜਾ ਛੱਡਾਂਗੇ ਤੈਨੂੰ ਸਾਰਾ ਟੱਪਰ ਮੇਰੇ ਗਾਲ ਉੱਠਾ ਦੇ ਦੋ ਤੂੰ ਮੈਂ ਮਰ ਤੂੰ ਤੇਰੇ ਵਰਗੇ ਬੰਦੇ ਨਹੀਂ ਮਰਦੇ ਹੁੰਦੇ ਮੈਂ ਕੀ ਬੋਲਗਾ ਛੋਟੇ ਵਰਗੇ ਮਾੜੇ ਬੰਦੇ ਨੂੰ ਰੱਬ ਨੇ ਕੀ ਕਰਾਉਣਾ ਤੇਰੀ ਰੋਟੀ ਪਾ ਕੇ ਕਰਦੀ ਕੁਛ ਮਾੜਾ ਕਰਤਾ ਬਗ ਜਾ ਸਾਲੇ ਦੀ ਲੱਤ ਤੋੜ ਦੂੰ ਮੈਂ ਰੱਬ ਦੇਖੂ ਤੈਨੂੰ ਦੇਖੂ ਰੱਬ ਉਹਨੂੰ ਦਰਪੇਸ਼ ਬੰਦੇ ਨੂੰ ਕੁੱਟਦਾ ਸਾਰਾ ਰੋਜ਼ ਹੀ ਬੁੜੀਆਂ ਨਾਲ ਪੁੱਠਾ ਬੋਲ ਜੂ ਆ ਕੁੱਟਿਆ ਓਏ ਨਹੀਂ ਕੱਟਣਾ ਕੱਖ ਤਾਂ ਹੋਰ ਹੋ ਗਿਆ ਨਾ ਕੱਖ ਬੀਜੇ ਘੱਟ ਸੀ ਇੱਥੇ ਕੀ ਬਾਜਰਾ ਰਹਿ ਗਿਆ 2-4 ਦਿਨਾਂ ਦਾ ਤੂੰ ਐਂ ਕਰੀ ਮੇਰੀ ਗੱਲ ਸੁਣ ਤੂੰ ਨਾ ਆਪਾਂ 4 ਨੂੰ ਲਾਵਾਂਗੇ ਬਾਡਾ 10 ਕੁ ਦਿਨਾਂ ਤੱਕ ਕੋਈ ਨਾ ਲੈ ਜਾ ਕਰੀ ਕੱਖ ਕੋਈ ਨਾ ਉਹ ਮੈਂ ਕਹਿ ਦੂੰ ਕੋਈ ਨਾ ਚੱਲ ਮੈਂ ਕਰਦਾ ਤੈਨੂੰ ਖੜ ਜਾ ਇੱਧਰੋਂ ਕੱਟ ਦੇ ਕਦੀ ਨਾ ਖੜ ਜਾ ਮੈਂ ਕਰਦਾ ਖੜ ਜਾ ਮੇਰਾ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਮੇਰਾ ਸਾਲਾ ਮੈਂ ਖੜ ਜਾ ਇੱਕ ਮਿੰਟ ਤੂੰ ਨਾ ਕਰੀ ਆਰ ਖਾ ਲਿਆ ਤਾਂ ਪੱਟੀ ਮੇਸ ਕਰਦੀ ਆਰ ਖਾ ਦੇ ਕੰਮ ਦੀ ਮੇਰੇ ਦੀ ਪੱਟੀ ਮੇਸ ਕਰਦੀ ਓਏ ਆਰ ਖਾ ਦੇ ਸਿਲੰਡਰ ਥੱਲੇ ਇਹ ਫਟ ਜੇ ਮੈਂ ਤਾਂ ਕਹਿੰਦਾ ਦੋਨੋਂ ਹੀ ਮਰਜੀ ਆਪਾਂ ਵਧੀਆ ਰਹਾਂਗੇ ਮੇਰੇ ਸਾਲ ਤੋਂ ਮੁਸ਼ਕ ਮਾਰ ਦੀ ਆ ਦੱਸ ਤਾਂ ਦੇ ਹੋ ਕੀ ਗਿਆ ਮੂੰਹ ਤਾਂ ਫੁੱਟ ਜਾ ਕੁਛ ਜਲੂਸ ਤਾਂ ਮੇਰਾ ਕੱਟਤਾ ਬਈ ਤੇਰੇ ਕਰਿਆ ਤੇ ਜਵਾਬ ਕਹਿ ਲਿਓ ਮੈਂ ਪੜਦਾ ਨਹੀਂ ਮੇਰਾ ਨੰਬਰ ਡਿਲੀਟ ਕਰਦੇ ਫੋਨ ਤੋਂ ਮੈਂ ਕੀ ਹੋ ਗਿਆ ਕੌਣ ਕਹਿੰਦਾ ਤੈਨੂੰ ਕੁਛ ਦੱਸ ਸਦੀਪ ਨੇ ਕੁੱਟਿਆ ਸਦੀਪ ਦੀ ਬੀਬੀ ਨੇ ਕੁੱਟਿਆ ਕਾਰਨ ਕਿਉਂ ਸਮਝ ਕਾਰਨ ਤਾਂ ਹੋਊ ਕੁਛ ਕਹਿੰਦੀ ਖੇਤ ਤੁਸੀਂ ਗਲਤ ਕੰਮ ਕਰਦੇ ਲੈ ਲੈ ਦਾਰੂ ਕਰਦੇ ਦੀ ਖੇਤ ਤੇ ਤਾਹਣਾ ਚੱਲ ਤੂੰ ਮੇਰੇ ਨਾਲ ਚੱਲ ਆ ਜਾ ਆ ਜਾ ਮੈਂ ਇਹਨੂੰ ਫੇਰ ਕੁੱਟਣਗੇ ਬਈ ਯਾਰ ਆ ਜਾ ਤੂੰ ਆ ਬੈਠਾ ਜਾ ਚੱਲੀ ਆਪਾਂ ਦਿਮਾਗ ਘੱਟ ਕੰਮ ਕਰਦਾ ਸਮਝ ਮੈਂ ਤਾਂ ਤਾਕੜਾ ਹਜੇ ਦੱਬੀ ਫਿਰਦਾ ਕੰਮ ਆ ਜਾ ਮੈਂ ਹੋਰ ਕਹਿਣਾ ਓਏ ਤੂੰ ਆ ਕੁੱਟਣਗੇ ਯਾਰ ਸਿਲੰਡਰ ਚੱਕ ਲਾ ਜਦੋਂ ਤੈਨੂੰ ਮੈਂ ਕਹੀ ਜਾਂਦਾ ਆ ਜਾ
तेनू की पता 25 किलियां दा टक्का 25 किलियां दा ते नाले आ की करता बंत सिया ਤੈਨੂੰ ਪਤਾ ਨਹੀਂ ਹੌਲੀ ਬ੍ਰੇਕ ਮਾਰ ਮੇਰੀ ਛਾਤੀ 'ਚ 4 ਗੋਲੀਆਂ ਵੱਜੀਆਂ ਹੋਈਆਂ ਨੇ ਬ੍ਰੇਕ ਕਾਨੂੰ ਪਾਪਾ ਜੀ ਹਾਂ ਕੀ ਕਰ ਲਿਆ ਇਹ ਕਾਨੂੰ ਪੁੱਛ ਦਿਓ ਤੇਲ ਮੁੱਕ ਗਿਆ ਗੱਡੀ ਦਾ ਤੇਰੀ ਬੰਤ ਸਿਆ ਤੂੰ ਤਾਂ ਉਹੀ ਕੰਮ ਕਰਤਾ ਕਹਿੰਦੇ ਸ਼ਿਕਾਰ ਵੇਲੇ ਕੁੱਤੀਆਂ ਮਤਾਈ ਕੁੱਤੀਆਂ ਕਾਨੂੰ ਮਤਾਈ ਕੁੰਡੀ ਲੱਗਦੀ ਐ ਤੇਲ ਤਾਂ ਹੁਣ ਚਾਰ ਪੰਪਾਂ 'ਚ ਹਿੱਸਾ ਮੇਰਾ ਪੰਪਾਂ ਤੇ ਫਿਰ ਜਾਂਦਾ ਨਹੀਂ ਤੂੰ ਜੇ ਜਾਂਦੇ ਹੁੰਦੇ ਫਿਰ ਇਹ ਗੱਲਾਂ ਕਾਨੂੰ ਹੁਣ ਜੇ ਮਾਇਆ ਪਜਾਮਾ ਮੈਂ ਤਾਂ ਮੈਨੇਜਰ ਦੇ ਸਿਰ ਤੇ ਛੱਡ ਰੱਖਿਆ ਖੜਿਆ ਹੁਣ ਫਿਰ ਹੁਣ ਮੈਂ ਤਾਂ ਲੇਟ ਹੋ ਜਾਊਂਗਾ ਪੁੱਤਾ ਮੈਂ ਇਹ ਮਾੜੇ ਮੈਨੇਜਰ ਨੇ ਮਾਰ ਲਿਆ ਇੱਕ ਛੋਟੀ ਧੀ ਨੇ ਇੱਕ ਮੈਨੇਜਰ ਨੇ ਜੇ ਮੈਨੂੰ ਇਹ ਕੁੰਡੀ ਨਾ ਲਾਉਣ ਮੈਂ ਰਾਜਾ ਹੁੰਦਾ ਇਹ ਤਾਂ ਹੈ ਕੁੰਡੀ ਵਾਲੇ ਤਾਂ ਹੁੰਦੇ ਨੇ ਇਹਦੇ ਵਿੱਚ ਆਹ ਜਿਹੜਾ ਪੁੱਤ ਮੈਂ ਜਾ ਰਿਹਾ ਹੁਣ ਇਹ ਮੈਂ ਇਸੇ ਕਰਕੇ ਜਾ ਰਿਹਾ ਵੀ ਜੇ ਮੈਂ ਜਾਊਂਗਾ ਤਾਂ ਕਬ ਜਾਊ ਨਹੀਂ ਮੇਰੇ ਸਾਲ ਕੁੰਡੀ ਲਾ ਲੈਣਗੇ ਮੈਂ ਤਾਂ ਮੈਨੇਜਰ ਦੇ ਸਿਰ ਤੇ ਛੱਡ ਰੱਖਿਆ ਚੱਲ ਫਿਰ ਹੁਣ ਕਿਵੇਂ ਕਰੀਏ ਮੇਰੇ ਨਾਲ ਤਾਂ ਕਦੇ ਇਹ ਜੀ ਬਣੀ ਨਹੀਂ ਚੱਲ ਐ ਨਹੀਂ ਸਿਰ ਹੌਸਲਾ ਰੱਖੀ ਦਾ ਬਦਮਾਸ਼ ਕਦੇ ਰੋਂਦੇ ਨਹੀਂ ਹੁੰਦੇ ਝੁਕਦੇ ਨਹੀਂ ਹੁੰਦੇ ਕਿਸੇ ਸਾਹਮਣੇ ਮੈਂ ਊੜੀ ਰੋਂਦਾ ਮੈਨੂੰ ਹਾਲਾਤ ਰਵਾ ਦਾ ਦੇ ਪਾਪਾ ਜੀ ਕੋਈ ਗੱਲ ਨਹੀਂ ਬੇਟੇ ਫਿਰ ਤੁਸੀਂ ਐ ਕਰੋ ਤੁਸੀਂ ਦੋ ਹੱਥ ਕਿਸੇ ਨੂੰ ਤੁਸੀਂ ਤਾਂ ਚੜ ਜਾਓ ਫਿਰ ਨਹੀਂ ਤੁਸੀਂ ਕਾਹਨੂੰ ਲੇਟ ਹੋ ਮੈਂ ਤਾਂ ਹੁਣ ਜੇ ਮੈਂ ਜਾਊਂ ਘਰੇ ਮੈਨੂੰ ਪਤਾ ਹੈ ਬੇਟੇ ਮੈਂ ਕਿਹ ਜਾਊਂ ਪੰਪ ਲਵੇ ਹੁਣ ਇੱਥੇ ਕੋਈ ਪੰਪ ਫਿਰ ਐ ਕਰੋ ਫਿਰ ਤੁਸੀਂ ਧੱਕਾ ਲਾਓ ਨਹੀਂ ਬੇਟੇ ਮੈਂ ਬੈਠਦਾ ਤੂੰ ਲਾ ਧੱਕਾ ਛੋਟੋੜੀ ਸਮਣਾ ਪਾਪਾ ਜੀ ਇਹ ਵੱਡਾ ਹੈ ਮਸ਼ੀਨਰੀ ਵੱਡੀ ਆ ਇਹ ਚਲ ਚਲ ਬੈਠ ਬੈਠੇ ਫਿਰ ਨਾਲੇ ਆਇਆ ਤੁਹਾਨੂੰ ਕਿਹੜਾ ਇੱਧਰ ਕੋਈ ਜਾਣਦਾ ਹੈ ਮੈਨੂੰ ਤਾਂ ਹੁਣ ਜਾਣਦੇ ਨੇ ਸਾਰੇ ਅਗਲਾ ਕੋਈ ਪ੍ਰਧਾਨ ਧੱਕਾ ਲਾਉਂਦਾ ਇਹ ਗੱਲ ਬੇਟੇ ਤੇਰੀ ਨੋਟ ਕਰਨ ਵਾਲੀ ਹੈ ਠੀਕ ਹੈ ਮੈਨੂੰ ਕਿਹੜਾ ਕੋਈ ਜਾਣਦਾ ਉਹ ਉਹੀ ਤਾਂ ਗੱਲ ਹੈ ਠੀਕ ਹੈ ਚਲੋ ਬੇਟੇ ਫਿਰ ਚਲੋ 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 ਬੇਟੇ ਖੜੋ ਗੇਟ ਤੋਂ ਕੱਢ ਲਈ ਚਲੋ ਜੀ ਇੱਧਰ ਪੰਪ ਨੇੜੇ ਹੂ ਬੇਟੇ ਹਾਂ ਹਾਂ ਇੱਧਰ ਹੀ ਆ ਚਲੋ ਚਲ ਚਲ ਚਲੋ ਚਲੋ ਬੇਟੇ ਸਮਾਰਕ ਲਾਓ ਧੱਕਾ ਚਲੋ ਚਲੋ ਬੇਟੇ ਚਲੋ ਚਲੋ ਬੇਟੇ ਹੋਰ ਦੋਤੀ ਚਲੋ ਚਲੋ ਬੇਟੇ ਚਲੋ ਚਲੋ ਹੁਣ ਤਾਂ ਕਿਤੇ ਨਹੀਂ ਦਿੰਦਾ ਹਾਏ ਕੰਜਰ ਤੋਰੇ ਤਾਂ ਸਬਜ਼ੀ ਲੈਣ ਸੀ ਵੀ ਸਬਜ਼ੀ ਲਿਆ ਦੂਗਾ ਹੈ ਹਲੇ ਤੱਕ ਨਹੀਂ ਮੁੜਿਆ ਇਹਨੇ ਤਾਂ ਨਾ ਮੇਰੀ ਜਾਨ ਸੁਕਾ ਰੱਖਿਆ ਕਿੱਥੇ ਕੰਜਰ ਪਲੇਕ ਦੇ ਜਾਣਾ ਮੇਰੇ ਪੱਲੇ ਪਾਇਆ ਗਾ ਹੈ ਹਲੇ ਉਹ ਭੋਲੀ ਕਹਿੰਦੀ ਆ ਵੀ ਕੱਲ੍ਹ ਸਾਡੇ ਘਰ ਮੂਰ ਦੇ 3-4 ਦੇ ਗਿਆ ਗੇੜੇ ਹੈ ਅਗਲੀ ਕਹਿੰਦੀ ਆ ਮੈਨੂੰ ਭਰਜਾਈ ਕਹਿ ਕੇ ਬੁਲਾਉਂਦਾ ਨਾਲੇ ਤਾਈਆਂ ਦੀ ਥਾਂ ਲੱਗਦੀ ਆ ਇਹਨੂੰ ਸ਼ਰਮ ਸੰਗ ਨਹੀਂ ਹੈਗੀ ਮੈਨੂੰ ਆਇਆ ਵੀ ਚੱਲ ਇੱਧਰੋਂ ਵੀ ਆ ਜਾਏ ਇੱਧਰੋਂ ਵੀ ਆ ਜਾਏ ਪਲੇਗ ਦੇ ਜਾਣਾ ਮੈਂ ਤਾਂ ਡੁੱਬੀ ਤਾਂ ਜੇ ਸਾਹ ਨਾ ਆਇਆ ਆਪ ਨਹੀਂ ਮਰਦੀ ਕਿਤੇ ਜਾਂਦੀ ਮੈਨੂੰ ਪਤਾ ਸੀ ਜੀਵ ਤਾਂ ਉਹਦੇ ਤੜਕੇ ਦੀ ਲੁੱਤੀ ਆਉਂਦੀ ਆ ਪੈਸੇ ਪੈਸੇ ਕਰੀ ਜਾਂਦਾ ਸੀ ਮੈਂ ਠੇਕੇ 'ਚ ਜਾਵਾਂ ਠੇਕੇ ਜਾਵਾਂ ਐਂ ਮੈਂ ਸੋਚਿਆ ਨਾ ਵੀ ਜਿਹੜੇ 4 ਪੈਸੇ ਉਹੀ ਇਹਨੂੰ ਫੜਾਈ ਜਾਂਦੀ ਆ ਹੈ ਮੈਂ ਆਪ ਲਿਆਉਂਦੀ ਡੁੱਬੜੀ ਮੈਂ ਉਦੋਂ ਕੰਮਾਂ ਦਾ ਲਾਲਚ ਕਰ ਗਈ ਹਾਲੇ ਤੱਕ ਕੰਜਰ ਨਹੀਂ ਆਇਆ ਹੈਗਾ ਮੈਂ ਕਿਹਦੇ ਕਿਹਦੇ ਲਾਂਬੇ ਸੁਣਾ ਇਹਨੂੰ ਤਾਂ ਤਪਾ ਰੱਖੀਆਂ ਮੈਂ ਤਪਾ ਨਹੀਂ ਰੱਖੀ ਹੈਗੀ ਆ ਜੇ ਚੱਲ ਇੱਥੇ ਬੈਠ ਕੇ ਦੇਖਦੀ ਆ ਜੇ ਆ ਜੂਗਾ ਕੱਲੀ ਦਾ ਮੇਰਾ ਕਿਹੜਾ ਜੀ ਲੱਗਦਾ ਗਾ ਘਰੇ ਦਾਰੂ ਤਾਂ ਨਾਲ ਜੱਟ ਦੇ ਸੁਰਗਾ ਹੋ ਜਾ ਹੋਗਾ ਡਿੱਪਾ ਨੂੰ ਓਏ ਮਰ ਗਿਆ ਓਏ ਐ ਨਹੀਂ ਉੱਠਿਆ ਜਾਂਦਾ ਸਖਤੀ ਵਾਟਰ ਪੀਣਾ ਪਊਗਾ ਹਜੇ ਜੀਤੋ ਕਹਿੰਦੀ ਸਬਜ਼ੀ ਲਿਆ ਐ ਸਬਜ਼ੀ ਆਊਗੀ ਕਿਤੇ ਨਾਜਰ ਤਾਂ ਢੱਲੀ ਹੋ ਰਿਹਾ ਨਾ ਟੈਟ ਨਹੀਂ ਵੀਰੇ ਮੈਂ ਹੈਗਾ ਮੈਂ ਇਹਨੂੰ ਚੜ੍ਹੀ ਨਹੀਂ ਹੈਗੀ ਹਜੇ ਤਾਂ ਮੈਂ ਦੋ ਪਊਏ ਪੀਤੇ ਨੇ ਦੋ ਪਊਏ ਜਾਣੀ ਕਿ ਵਧੀਆ ਵਧੀਆ ਨਾਲ ਮੈਨੂੰ ਕੀ ਹੁੰਦਾ ਮੈਂ ਤਾਂ ਰੱਜ ਗਿਆ ਗੁਰਜੀਤ ਨੂੰ ਕਹਿ ਦੂੰਗਾ ਤੂੰ ਚਟਣੀ ਕੁੱਟ ਲੈ ਸਬਜ਼ੀ ਨਹੀਂ ਆਉਂਦੀ ਹੈਗੀ ਅੱਜ ਚਲ ਉਹ ਝੋਟਿਆ ਉਹ ਖੜਾ ਹੋ ਜਾ ਖੜਾ ਹੋ ਜਾ ਕੁਛ ਨਹੀਂ ਹੋਇਆ ਤੈਨੂੰ
ਜਾਂ ਨਿਕਲਣਾ ਹੋ ਰਿਹਾ ਗਰਮੀ ਨਾਲ ਆ ਕੀ ਕਸਮਾਨ ਜਾਬਾ ਰੱਖਿਆ ਤੀ ਪੁੱਠਾ ਜਿਹਾ ਬੋਲਦਾ 3000 ਮਾਇਲ ਲਾਤੀਆਂ ਇਹਦੇ ਵਧੀਆ ਰਿਹਾ ਸਮਾਰ ਕੇ ਕੁੱਟਣਾ ਦੀ ਕੰਜਰ ਸਿਆਪਿਆਂ ਦੀ ਜੜ ਤਾਂ ਇਹੀ ਹੈ ਹਾਂ ਹੋਰ ਚੜਾਓ ਸਿਰ ਇਹਨੂੰ ਤੁਸੀਂ ਮੈਂ ਕਾਹਨੂੰ ਚੜਾਉਂਦੇ ਤੇਰਾ ਪਿਓਆ ਕੰਜਰ ਜਿਹੜਾ ਸਾਰ ਦਿਨ ਮਗਰ ਇਹਨੂੰ ਕੀਮੀਆਂ ਵਾਂਗੂ ਲਈ ਫਿਰਦਾ ਹੈਗਾ ਮੈਂ ਇਹਦਾ ਕੀ ਕਰਾਂ ਕੀ ਹੋ ਗਿਆ ਹੁਣ ਅੱਜ ਹੋਣਾ ਕੀ ਹੈ ਮੈਂ ਤਾਂ ਖੇਤ ਗਈ ਸੀ ਚਾਹ ਲੈ ਕੇ ਮੈਨੂੰ ਪਹਿਲੇ ਸ਼ੱਕ ਤੀ ਮੈਂ ਅੱਜ ਕੋਈ ਨਾ ਕੋਈ ਕਾਰਾ ਖੇਤ ਕਰਨਗੇ ਜਦੋਂ ਕੱਪੜੇ ਪਾ ਕੇ ਗਏ ਨੇ ਜਦੋਂ ਮੈਂ ਖੇਤ ਗਈ ਚਾਹ ਲੈ ਕੇ ਦੋਨੇ ਮੈਨੂੰ ਦੇਖ ਕੇ ਖੜ ਗਏ ਅੱਛਾ ਮੈਂ ਕਿਹਾ ਉਰੇ ਕੀ ਕਰਦੇ ਹੋ ਕਹਿੰਦਾ ਇਸ ਤਾਂ ਅਗੇ ਪੌਦੇ ਅੱਜ ਖੇਤ ਚੋਖਾ ਨਹੀਂ ਪੌਦੇ ਚੋ ਕੀ ਕਿਹਾ ਮੈਨੂੰ ਯਾਦ ਨਹੀਂ ਹੈਗਾ ਹੁਣ ਜੀਰੀ ਚੋਂ ਹਾਂ ਕਹਿੰਦਾ ਕੱਖ ਕਰਦੇ ਆ ਜੀਰੀ ਚੋਂ ਹਾਂ ਮੈਂ ਵੀ ਬੌਂਦਲ ਗਈ ਇਹਨਾਂ ਨੂੰ ਦੇਖ ਕੇ ਜੀਰੀ ਚੋਂ ਤਾਂ ਕੱਖ ਕੱਢੇ ਪਏ ਨੇ ਮੈਂ ਕੱਢਤੇ ਦੀ ਬੂਟ ਦੋਨਾਂ ਨੇ ਪਾ ਰੱਖੇ ਹਾਂ ਮੈਂ ਕਿਹਾ ਆ ਜੁੱਤੀਆਂ ਪਾ ਕੇ ਤੁਸੀਂ ਕੱਢਦੇ ਹੋ ਮੈਂ ਕੱਖ ਹਾਂ ਤੇ ਕਹਿੰਦਾ ਹਾਂ ਅਸਾਂ ਕੱਖ ਕਰਦੇ ਆ ਮੈਨੂੰ ਵਹਿਮ ਪੈ ਗਿਆ ਮੈਂ ਕਿਹਾ ਐਂ ਕਰੋ ਮੈਨੂੰ ਆਹ ਕਰੋ ਮੈਂ ਕਿਹਾ ਸੁਣੀ ਦਿਓ ਮੈਂ ਕਿਹਾ ਮੈਂ ਕੋਠਾ ਸੰਭਰ ਕੇ ਜਾਊਂਗੀ ਹਾਂ ਕਹਿੰਦਾ ਨਾ ਕਹਿੰਦਾ ਜਿੰਦਾ ਲੱਗ ਰਿਹਾ ਮੈਂ ਜਿੰਦਾ ਲੱਗ ਰਿਹਾ ਮੈਨੂੰ ਚਾਬੀ ਲੈ ਦਿਓ ਕਹਿੰਦਾ ਨਾ ਸੰਦੀਪ ਚਾਬੀ ਲੈ ਗਿਆ ਚਾਬੀ ਮੇਰੇ ਕੋਲੇ ਕਿੱਥੇ ਹੈ ਚਾਬੀ ਤਾਂ ਰੋਜ਼ ਨਿੱਤ ਨਵੀਂ ਲੱਗਦੀ ਹੈ 40 ਚਾਬੀਆਂ ਮੇਰੇ ਕੋਲੇ ਪਈਆਂ ਨੇ ਜਿੰਦਾ ਰੋਜ਼ ਤੋੜ ਦਿੰਦੇ ਨੇ ਨਵਾਂ ਜਿੰਦਾ ਰੋਜ਼ ਲਾਉਂਦਾ ਹੈ ਤੈਨੂੰ ਪਤਾ ਤਾਂ ਹੈਗਾ ਕੰਜਰ ਤੇਰਾ ਬਾਪ ਜਦੋਂ ਮੈਂ ਮੰਗੀ ਗਈ ਚਾਬੀ ਮੈਨੂੰ ਦਿੱਤੀ ਨਾ ਜਦੋਂ ਮੈਂ ਤੱਕ ਦੇਂਦੇ ਲਵੇ ਲੱਗ ਕੇ ਦੇਖਿਆ ਅੰਦਰੋਂ ਮੁਸਕ ਆਵੇ ਦਾਰੂ ਦੀ ਦਾਰੂ ਕਰਦੇ ਤੇ ਦਾਰੂ ਕਰਦੇ ਤੇ ਦੱਸਿਆ ਮੈਨੂੰ ਹੈ ਨਹੀਂ ਹੁਣ ਤੂੰ ਐ ਕਰ ਪੁੱਤ ਖੇਤ ਵਗ ਜਾ ਇਹ ਤਾਂ ਕਿਤੇ ਹੋਰ ਨਾ ਕੰਡੇ ਬੀਜ ਦੇਣਾ ਸਾਰੀ ਗੱਲ ਤੇਰੇ ਸਿਰ ਤੇ ਆ ਜੀ ਤੈਨੂੰ ਅੱਛਾ ਮੈਂ ਵੀ ਆਖਾਂ ਨਮਾਰੀ ਦੀ ਚਾਬੀ ਮੈਨੂੰ ਕਿਉਂ ਨਹੀਂ ਦਿੰਦੇ ਨਾ ਮੈਨੂੰ ਉੱਥੇ ਆਉਂਦੀ ਹੈ ਨਮਾਰੀ ਨੂੰ ਜੰਦਾ ਲਾ ਕੇ ਵਿੱਚ ਸਮਾਨ ਰੱਖ ਦੇਣ ਉਹਦੇ ਦਾਰੂ ਦੂ ਤੈਨੂੰ ਕਹਿੰਦਾ ਦਿੱਤਾ ਵੀ ਮੈਂ ਤਾਂ ਪੂਰਾ ਵਹਿਮ ਹੈ ਜਦੋਂ ਤੂੰ ਮੁਸਕ ਆਈ ਜਾ ਕੇ ਨਾ ਸਾਰੇ ਭਾਂਡੇ ਭੂੰਡੇ ਮੂਦੇ ਮਾਰਦੀ ਪਰਾਂ ਡੇਗਦੀ ਜੇ ਪੁਲਿਸ ਆ ਗਈ ਪੁੱਤ ਤੂੰ ਨੂੜਿਆ ਜਾ ਮੈਂ ਕਹਿੰਦਾ ਕੰਜਰਾਂ ਦਾ ਮਲੰਗਾਂ ਦਾ ਕੱਖ ਨਹੀਂ ਜਾਣਾ ਦੇਖ ਲੈ ਕਿਵੇਂ ਸਰ ਮਲਾਈਆ ਦਿਨ ਦਿਹਾੜੇ ਫਿਰ ਕੀ ਕਰਾਂ ਤੈਨੂੰ ਪਤਾ ਮੈਂ ਤਾਂ ਡਾਂਗ ਲੈ ਕੇ ਆਉਂਦਾ ਜਿਵੇਂ ਬੋਲਦੀ ਨਾ ਖੇਤ ਮੈਨੂੰ ਕੁੱਤੇ ਵਾਂਗੂ ਚਿੰਬੜ ਗਿਆ ਜਾ ਵਗ ਜਾ ਹੁਣੀ ਜਾਣਾ ਸਾਰੇ ਭਾਂਡੇ ਭੂੰਡੇ ਮੂਦੇ ਮਾਰਦੀ ਸੰਦੀਪ ਮੇਰੀ ਗੱਲ ਸੁਣ ਹਾਂ ਤੂੰ ਮਾਂ ਕਰੋ ਬੋਲ ਮਾਰਿਆ ਕਰ ਦੇਖੇ ਮੈਂ ਕੀ ਆ ਗੱਲ ਤਾਂ ਸੁਣ ਲਾ ਆਪਾਂ ਸੰਗਰੂਰ ਚੱਲਾਂਗੇ ਮੈਂ ਤੇਰੇ ਕੱਪੜੇ ਕਿਹੜੇ ਪ੍ਰੈਸ ਕਰਾਂ ਚੁੱਪ ਕਰਕੇ ਬਹਿ ਜਾਂਦੇ ਤਿੰਨ ਮਾਰੂ ਮੁੱਕਿਆ ਗੱਲ ਦਾ ਕੀ ਹੋਈ ਪਈ ਆ ਲੈ ਜਾ ਸੰਗਰੂਰ ਨੂੰ ਸੰਗਰੂਰ ਕੀ ਕਰਨ ਜਾਣਾ ਮੰਮੀ ਕੰਮ ਸੀਗਾ ਕੰਮ ਸਾਨੂੰ ਸਰਦੇ ਕੰਮ ਘਰੇ ਦਾ ਕੰਮ ਉੱਜੇ ਹੋਏ ਲੋਟ ਨਹੀਂ ਆਉਂਦੇ ਤੂੰ ਨਵੇਂ ਕੰਮ ਕੱਢੀ ਰੱਖਨੇ ਸਾਰਾ ਦਿਨ ਫਿਰ ਮੈਨੂੰ ਕੀ ਪਤਾ ਕੀ ਹੋ ਗਿਆ ਗੱਲ ਤਾਂ ਦੱਸ ਤੂੰ ਜੇ ਤੈਨੂੰ ਪਤਾ ਹੀ ਨਹੀਂ ਹੁੰਦਾ ਫਿਰ ਤੂੰ ਕਾਹਨੂੰ ਬੋਲਦੀ ਹੁੰਦੀ ਵਿੱਚ ਚੱਲ ਠੀਕ ਆ ਨਾ ਇਹ ਨਾ ਠੀਕ ਹੈ ਇਹਨੂੰ ਸਾਡੇ ਨਾਲ ਸ਼ੇਅਰ ਕਰਨ ਦੀ ਉਹ ਰਹਿੰਦੀ ਹੈ ਘਰੇ ਤਾਂ ਦੇਖ ਲੈ ਕੀ ਕਜਰੀਆਂ ਪਾਏ ਪਏ ਨੇ ਇਹੀ ਨਹੀਂ ਨਿਬੜਦੇ ਕੋਈ ਨਾ ਵਧੀਆ ਵਧੀਆ ਤੇਰੇ ਨਾਲ ਤਾਂ ਜਿੰਨੀਆਂ ਬੰਨ ਹੋਣੀਆਂ ਥੋੜੀਆਂ ਨੇ ਕੋਈ ਨਾ ਆਉਣ ਦੇ ਪਾਪਾ ਜੀ ਨੂੰ ਤਿੰਨ ਚਾਰ ਨਾ ਲਵੋ ਲਾ ਕੇ ਦੱਸੂ ਤੇਰੇ ਮੈਂ ਪਟਾਉਂ ਜੁੰਡੇ ਐ ਫਾਇਦਾ ਬਈ ਆਟੋਮੈਟਿਕ ਦਾ ਅੱਧਾ ਕਹਿ ਰਹਾ ਤੁਰ ਮਾਰਿਆ ਦੇਖ ਲਾ ਹੈ ਬੁੜੀ ਬੁੜੀ ਕਹਿੰਦੀ ਹੈ ਕਿ ਮੈਨੂੰ ਚਾਬੀ ਨਹੀਂ ਦਿੰਦੇ ਚਾਬੀ ਭਲੀ ਹੈ ਮਾਨਸੇ ਹੁਣ ਤੈਨੂੰ ਦੇਵਾਂਗੇ ਸੀ ਸਾਡੇ ਕਾਰਖਾਨੇ ਨੇ ਹੈ ਗੱਲ ਸਹੀ ਆ ਓਏ ਮੇਰਾ ਸਾਲਾ ਲਾਹਣ ਦਾ ਮੁਸਕ ਆਈ ਜਾਂਦਾ ਅੰਦਰੋਂ ਭਾਵੇਂ ਮਾਰੇ ਦੇਖ ਰਿਹਾ ਕੀ ਕਰਕੇ ਕੀ ਰੰਗ ਆ ਤੁਹਾਡੀ ਓਏ ਤੁਹਾਡਾ ਬਹਿ ਜੇ ਬੇੜਾ ਪਾਪੀਓ ਮਰ ਲੈਂਦੇ ਦੱਸ ਦਿੰਦੇ ਵੀ ਕੱਢਣੀ ਆ ਕਰਤਾ ਜਲੂਸ ਓਏ ਸਾਰਾ ਗੁੜ ਖਰਾਬ ਕਰਤਾ ਹੈ ਆਹ ਬਸ ਲੈ ਦੇਖ ਬੇਈਮਾਨਾ ਮੇਰਾ ਸਾਲਾ ਕਿੱਥੇ ਫਰੂ ਇੰਨੀ ਕੁ ਨਿਕਲੀ ਆ ਦੋਨਾਂ ਜਾਣਿਆਂ ਤੋਂ ਵੱਡੇ ਵੱਡੇ ਉਹ ਬਣਦੇ ਨੇ ਕੇਰੀ ਹੈਂ ਅਸੀਂ ਤਾਂ ਜੀ ਮੁੱਢਾਂ ਪੁਰਾਣੇ ਖੁੰਡਾਂ ਟੱਟੂਓ ਦਾਰੂ ਦਾ ਦੋ ਘੁੱਟ ਨਿਕਲੀ ਅਸ ਉੱਥੋਂ ਮੇਰੇ ਸਾਲੇ ਉਹ ਮਾਰਦੇ ਹਾਕ ਮੈਨੂੰ ਹੈ ਸਾਰੀ ਕੱਢਦਾ ਐਂ ਹਿਸਾਬ ਲਾ ਲਾ ਜਿਹੜੇ ਹਿਸਾਬ ਨਾਲ ਇੰਨੀ ਕੁ ਨਿਕਲੀ ਆ ਪਹਿਲੇ ਤੋੜਦੀ ਹੂ ਇਹ ਜੀਵ ਦੇਖਣ ਲਾ ਕੇ ਜ਼ਹਿਰ ਬਣਾਈ ਪਈ ਆ ਓਏ ਇਹਦਾ ਪਤਾ ਹੀ ਨਹੀਂ ਮੇਰੇ ਸਾਡੀ ਲੇਬਲ ਦੇ ਇਹਦਾ ਲੇਬਲਾਂ 'ਚੋਂ ਬਾਹਰ ਹੈ ਕੰਮ ਜਿੰਦਾ ਦੇ ਠੋਕ ਇਹ ਬੇਈਮਾਨੇ ਦਾ ਪਿੜ ਮੇਰਾ ਸਾਲਾ ਕਿੱਥੇ ਪੱਗਦਾ ਇਹ ਕਿੱਥੇ ਪੱਗਦਾ ਜਿੰਦਾ ਦੇ ਲਾ ਜਿੰਦਰਾ ਪੇਕ ਸਾਰੀ ਪੀ ਅੱਜ ਜਿੰਨੀ ਕੱਢੀ ਹੈ ਲੱਗ ਜਾ ਲੱਗ ਜਾ ਲੱਗ ਜਾ ਚਾਬੀ ਆ ਪਈ ਹੈ ਇੱਥੋਂ ਹੀ ਆ ਕੇ ਚੱਕ ਲੈਣਗੇ ਉਹ ਪੇਕ ਲਾਉਣ ਆਏ ਇਹ ਲਾਉਣਗੇ ਟੱਟੂ ਦਾ ਬਲਬੀਰੋ ਤੜਕੇ ਨੂੰ ਤੂੰ ਨਰੇਗਾ 'ਚ ਬੱਠਲ ਪਹਿਲ ਦੇ ਆਧਾਰ 'ਤੇ ਚੱਕੇਂਗੀ ਆਉਣਾ ਮੈਂ ਹੈ ਲਿਚਕੜੀ 'ਚ ਕਰਦੀ ਹੈ ਦੇਖ ਕੋਈ ਗੱਲ ਨਹੀਂ ਆਉਣਾ ਹੋ ਜਾ ਕੈਮ ਕਿਆਰਾ ਦੇਖ ਕੇ ਆਉਣਾ ਇੱਧਰ ਦੀ ਬੋਤਲ ਤਾਂ ਇੱਥੇ ਧਾਰ ਕਿਵੇਂ ਘੇਰ ਕੇ ਕੁੱਟਿਆ ਇਕੱਲਾ ਜਵਾਕ ਹੈ ਕਿੱਥੋਂ ਗਿਆ ਬਾਹਰੇ ਨਿਕਲੋ ਤੁਸੀਂ ਜਾਦੇ ਹੱਥ ਖੁੱਲ ਗਏ ਤੁਹਾਡੇ ਹੈ ਬੰਦੇ ਲੱਗ ਗਈਆਂ ਢਾਉਣ ਕੀ ਹੋ ਗਿਆ ਪਾਪਾ ਜੀ ਨਾ ਹੱਥ ਮੈਨੂੰ ਐਂ ਦੱਸ ਤੁਸੀਂ ਮਾਮਾ ਧੀਆਂ ਨੇ ਆਹ ਕੁੱਟਿਆ ਇਹ ਕੀ ਗੱਲ ਇਹ
मेरी गल सुन ला, बकरे मां गुटा आ लिया, तू किथे सी गी उदों? डैडी जी मैं तो सुती पई सी पापा जी, मैनू नहीं पता लग्या। घरे अपने कसमान पिया तू सुती रहेगी ले है? मेनू लगदा पक्का मम्मी ते संदीप ने कुटिया होना। आप किथे गयो, किथे नहीं तू? पापा जी ओ तां पिंड च गई आगी। टलगी टलगी, पता लग गया टलगी टलगी। हां कालां दा कूकदा संदीप किथे आ? संदीप मैं लगदा तां खेत नूं गया पापा जी। मेरा साला उतां नहीं सड़दा, उतां सारे नाल तां मंगमा पठला नाल तां अगले दा ओ पन्नू है, नाले डोलूगा लाहण ओ देख ला की ए तां नुकसान बड़ा वड्डा हो गया। मेरी वल्ला तां चाह पानी दी गल करना, तू अंदर चल। बने की हुण नाले घरे आके रामिया होर जुलूस कड्डू ओ। आ सिलेंडर ले जा मर जा के। चल कोई ना प्यारे ने संदीप पापी ओ कर लूगा के। मेरी गल सुन ला हुण, तू आपा टल जाने दोने, आपा तां सेवे वाले सैट थले पै जाने दो दिन है। उत्थे की सवाल खाएगा, उत्थे की खाएगा, रोटी पानी तां आइंदा खान नूं तां चल कोई ना हैगा सौ दे सौ, आपा माड़ा मोटा कोई भुर्जी भरजी खाणांगे, होर की बना के। चल फिर चल। हां होर की फिर, औखा हो गया, आप टल की देख ला। दिन कठियां करनियां पैणियां फिर। ਕੋਈ ਪਤਾ ਨਹੀਂ, ਬੰਦੇ ਨਹੀਂ ਪਤਾ ਲੱਗਿਆ ਕਿਹੜਾ ਮੱਥੇ ਲੱਗ ਗਿਆ ਹੈ ਯਾਰ। ਜੇ ਮਿਲ ਜਾਂਦੀ ਤੇਰੀ ਸੱਚ, ਮੈਂ ਐਂ ਨਹੀਂ ਪਤਾ ਮਾੜਾ ਮੋਟਾ ਥੋੜਾ ਥੋੜਾ। ਚੱਲ ਉਹ ਤਾਂ ਕੋਈ ਨਾ, ਉਹ ਤਾਂ ਗੱਲ ਅੱਡ ਆ ਗਈ, ਉਹ ਤਾਂ ਗੱਲ ਜੋਦਾ, ਉਹ ਤਾਂ ਦੇਖ ਜਿਹੜਾ ਤੇਰੇ ਤੇ ਹੱਥ ਚੱਕ ਲੈਂਦਾ ਨੇ ਮਾਂ ਪੁੱਤਾਂ ਨੇ, ਉਹ ਤਾਂ ਉਹਨਾਂ ਨੂੰ ਸਜ਼ਾ ਮਿਲੂਗੀ। ਸਜ਼ਾ ਮਿਲੂਗੀ, ਹਾਂ ਉਹ ਤਾਂ ਮਿਲੂਗੀ। ਹਾਂ ਟਲੀ ਨਹੀਂ ਹੈਗੀ ਗੱਲ, ਇਹ ਗੱਲ ਟਲੀ ਨਹੀਂ ਹੈਗੀ। ਕਾਂਡ ਕਿਤੇ ਹਜੇ ਟਲਦੇ ਹੁੰਦੇ, ਮੈਨੂੰ ਐਂ ਦੱਸ। ਦੇਖ ਸਾਹਿਬ ਦੋ ਦਿਨ ਪੇਕੀ ਆ ਕੇ ਚਾਂਬਲ ਗਈ, ਜਿੰਦੇ ਲਾ ਤੇ ਜਿੰਦੇ ਲਾ ਤੇ ਸੰਗਲ ਮਾਰਦੇ ਕੁੰਡਿਆਂ ਨੂੰ, ਕਰੇ ਹੈਗਾ ਕੁਛ ਵੀ ਚੋਰ ਆ ਫੜਨਗੇ ਇਹੀ ਆਖਦੇ ਨੇ ਤੇਰੀ ਦੀ ਕਰਕੇ ਸਿੱਧੀ ਜਵਾਬ ਦੇਗੇ ਕਿ ਮੈਂ ਰੇਗਾ 'ਚ ਨਹੀਂ ਜਾਂਦਾ। ਬੱਠਲ ਨਵਾਂ ਲਏਗੀ ਕਿ ਪੁਰਾਣਾ ਚੱਕੇਗੀ ਤੜਕੇ ਨਰੇਗਾ? ਮੇਰੀ ਗੱਲ ਸੁਣ ਲਾ, ਮਾਰਨਾ ਤੂੰ ਹੈ, ਮੈਂ ਜਾ ਵੜੂੰਗੀ ਕੋਈ ਨੀ। ਨਾ ਨਾ ਤੂੰ ਨੀ ਜਾਂਦੀ। ਨਹੀਂ ਤੇਰਾ ਸਰੀਰ ਮੰਗਦਾ, ਡਾਣੀ ਮੰਗਦਾ ਤੇਰਾ ਸਰੀਰ। ਬੇ ਹੁਣ ਨੀ ਹੈ, ਹਾਜ਼ਰੀ ਨੀ ਲੱਗਦੀ ਹੈਗੀ, ਦੇਖੀ ਨਹੀਂ ਮੈਂ ਹੁਣ ਵਗ ਜਾਂਦੀ। ਮੇਰੀ ਗੱਲ ਸੁਣ ਲਾ, ਤੜਕੇ ਤੜਕੇ ਹੱਥ ਨਾ ਲਾ ਅਸਤਰ ਨੂੰ, 8 ਵਜੇ ਨੂੰ ਮੈਨੂੰ ਨਰੇਗਾ 'ਚ ਚਾਹੀਦੀ। ਮੈਂ ਭਾਗ ਜੂ ਬਾਬਾ ਗੁਰੂ, 8 ਵਜੇ ਨੂੰ ਨਰੇਗਾ 'ਚ ਹੂੰ ਮੈਂ। ਚੰਗਾ ਭਾਗ ਜੂੰਗੀ, ਇਹਨੂੰ ਰੱਖ ਦੇ। ਆਂਡੇ ਦੇਤੇ ਮੁਰਗੀ ਨੇ, ਆਹੋ ਬਾਲ ਕੇ ਲਿਆ। ਚੱਲ ਮੈਂ ਬਾਲ ਲਿਆਉਂਦੀ ਆ, ਤੂੰ ਹੈ ਇਹਨੂੰ ਰੱਖ। ਗਰਜਣ ਨਮਾਤਾ, ਗਰਜਣ ਇਧਰ ਨਾ ਪਿੰਡ ਨੂੰ ਲੰਘ ਗਿਆ ਕਿਸੇ ਦੇ। ਫੜ ਕੇ ਲਿਆ ਨਮਾ, ਮੇਰੇ ਸਾਹਮਣੇ ਨਮਾ। ਮੈਂ ਪਹਿਲਾਂ ਭੁਰਜੀ ਨਾ ਬਣਾ, ਪਹਿਲਾਂ ਗਰਜਣ ਨਮਾ। ਚੱਲ ਲਿਆਉਂਦੀ ਆ। ਲਿਆ ਮਿੰਟ ਦੋ ਨੇ ਤੇਰੇ ਕੋਲੇ, ਮਾਰਤੀ ਲੈ ਜਾਣੇ ਰੱਖ ਦੇ ਦੀਦੀ, ਚਾਂਬਲੀ ਪਈ ਆ, ਆ ਕੇ ਧਾਰ ਕੱਟ ਕੇ ਦਈ ਦੁੱਧ ਪੀਣਾ ਮੈਂ। ਆ ਗਏ, ਬਾਹਰ ਖੋਲ ਦਿਓ ਜੀ ਪਰਿਵਾਰੋ, ਬਾਹਰ ਖੋਲ ਦਿਓ ਜੀ। ਕਿਹੜਾ? ਮੈਂ ਆ ਜੀ ਅੰਦਰ ਹਾਂ। ਦਾਰੂ ਵੀ ਰੱਖਿਆ ਹੋਏ? ਸੋ ਸੰਦੀਪ ਬਾਈ ਗਰਜਣ ਦੀ ਮਾਂ ਬਲਬੀਰੋ ਕਾਣੀ, ਕਰਦੀ ਮਿੰਨਤਾਂ ਮਰ ਜਾਣੀ, ਮੇਰੇ ਫਰਕਨ ਡੋਲੇ। ਕੋਈ ਕੰਮ ਦੀ ਗੱਲ ਕਰ ਲੈ, ਮੈਂ ਅੱਜ ਖੜਕਾ ਤੀ। ਵਧੀਆ ਵਧੀਆ, ਸ਼ਾਬਾਸ਼, ਵਧੀਆ, ਬਹੁਤ ਨੇਕ ਕੰਮ ਕਰਿਆ ਤੈਂ। ਮੈਨੂੰ ਕਹਿੰਦੀ ਕਹਿੰਦੀ ਮੈਂ ਨਰੇਗਾ 'ਚ ਜਾਂਦੀ ਤੜਕੇ, ਕਹਿੰਦੀ ਮੈਂ ਪੂਆ ਲਾ ਕੇ ਵਗ ਗਿਆ,
ਮੈਨੂੰ ਕਹਿੰਦੀ ਹੁਣ ਆਥਣੇ ਹਾਜ਼ਰੀ ਨਹੀਂ ਪੈਂਦੀ ਮੈਂ ਹੁਣ ਹੀ ਹਾਜ਼ਰੀ ਪਵਾਇਆ ਹੂੰ ਹਾਂ ਮੈਂ ਬੱਠਲ ਦੱਸ ਦੇ ਨਵਾਂ ਚੱਕੇਂਗੀ ਕਿ ਪੁਰਾਣੀ ਲੈ ਜਾਏਗੀ ਤੜਕੀ ਠੀਕ ਹੈ ਯੁਰਤ ਦੇਖ ਤੂੰ ਬਈ ਯੁਰਤ ਬਹੁਤ ਯੁਰਤ ਵਾਲੀਆਂ ਗੱਲਾਂ ਕਰਦਾ ਬਈ ਤੂੰ ਤਾਂ ਮੈਨੂੰ ਪਤਾ ਸੰਗਤ ਦਾ ਅਸਰ ਤਾਂ ਹੁੰਦਾ ਹੈਗਾ ਗੁੜਤੀ ਤੈਨੂੰ ਸਾਡੇ ਵਾਲੇ ਬੁੜੇ ਦੀ ਮਿਲੀ ਹੋਈ ਹੈ ਪਤਾ ਹੈ ਮੈਨੂੰ ਇਹ ਗੱਲ ਦਾ ਤਾਂ ਮੈਂ ਤੈਨੂੰ ਐ ਪੁੱਛਦਾ ਹੈ ਲਿਆ ਦੇ ਘੁੱਟ ਕੇ ਟੁੱਟਦਾ ਜਾਂਦਾ ਨਸਾ ਆ ਜਾ ਆ ਜਾ ਪਿਆਮਾ ਤੈਨੂੰ ਪਿਆਮਾ ਤੁਸੀਂ ਕਿਉਂ ਕੰਤ ਪਾ ਰੱਖਿਆ ਓਏ ਚੰਗਾ ਕਦੇ ਹੁਣ ਤੂੰ ਆ ਗਿਆ ਦਾਰੂ ਪੀਣ ਪਹਿਲਾਂ ਦੁਪਹਿਰੇ ਉਹ ਘੁੱਟ ਕੇ ਤੋਰਿਆ ਮੈਂ ਥੋੜੀ ਦਾਰੂ ਨਹੀਂ ਲੋਟ ਆਉਂਦੀ ਕੌਣ ਘੁੱਟਦਾ ਖਾਤਾ ਬਣਾ ਰੱਖਿਆ ਸਾਡਾ ਘਰ ਤੁਸੀਂ ਓਏ ਕੌਣ ਘੁੱਟਦਾ ਤੈਂ ਮੇਰੇ ਸਾਲ ਦੀ ਸਾਨੂੰ ਤਾਂ ਮਨੁੱਖ ਦੀ ਜੂਨੀ ਤੂੰ ਨਾ ਫਰਤ ਹੋਈ ਪਈ ਆ ਜਿੰਦਰਾ ਜੀ ਸੱਚ ਪੁੱਛਦਾ ਇੰਨਾ ਮਾੜਾ ਤੁਸੀਂ ਇੰਨਾ ਕਿਉਂ ਤਪਾਉਂਦੇ ਹੋ ਯਾਰ ਸਾਨੂੰ ਤੁਹਾਨੂੰ ਸਾਡੇ ਹੀ ਗਲਤ ਹੈ ਆ ਕੁਝ ਕਰਨ ਨੂੰ ਐ ਨਾ ਕਰ ਸੰਦੀਪ ਮੁੱਖ ਨਾ ਮੋੜ ਤੂੰ ਜਾਬਾ ਜਾ ਇੱਧਰ ਜਾਣਾ ਮੈਂ ਗੱਲ ਸੁਣ ਲਾ ਕਿੱਧਰ ਨੇ ਕੀ ਕਰਨ ਗਿਆ ਹੁਣ ਤੂੰ ਰੇ ਬਾਬਾ ਕਿੱਥੇ ਐ ਦਾਰੂ ਪੀ ਕੇ ਉਰੇ ਆ ਵੜਦੇ ਹੋ ਬਾਬਾ ਕਿੱਥੇ ਬਾਬੇ ਨੂੰ ਮਿਲਣ ਆਇਆ ਮੈਂ ਕੀ ਕਰਨਾ ਬਾਬੇ ਨਾਲ ਕੰਮ ਹੈ ਕੀ ਕੰਮ ਆ ਤੈਨੂੰ ਜ਼ਰੂਰੀ ਕੰਮ ਹੈ ਜਾ ਪਾਲ ਦਾ ਸਾਨੂੰ ਨਹੀਂ ਪਤਾ ਹੈਗਾ ਘਰੇ ਨਹੀਂ ਹੈਗਾ ਨਾਲੇ ਉਹ ਹੈ ਨਹੀਂ ਨਾ ਘਰੇ ਨਹੀਂ ਹੈਗਾ ਕਿੱਥੇ ਹੂ ਤੈਨੂੰ ਪਤਾ ਹੂ ਕਿੱਥੇ ਹੂ ਤੈਨੂੰ ਪਤਾ ਨਹੀਂ ਠੀਕ ਹੈ ਦਾਦਾ ਦੱਸ ਕੇ ਨਹੀਂ ਗਿਆ ਜਿਆਦਾ ਥਾਈ ਚ ਹੂ ਹਾਂ ਜਾਂ ਅੱਡੇ ਚ ਪਏ ਹੋਣਗੇ ਉਹ ਜਾਂ ਸੇਬਿਆਂ ਚ ਹੋਣਗੇ ਆਹੋ ਟਾਈਮ ਕੀ ਹੋ ਗਿਆ ਟਾਈਮ ਤੂੰ ਕੀ ਲੈਣਾ ਤੂੰ ਕੰਮ ਕਰ ਚੱਲ ਓਏ ਫਿਰ ਆਇਆ ਨਾ ਐਸਟੀਮੇਟ ਲਾਉਣਾ ਪਊ ਵੀ ਸੇਵਿਆਂ ਚ ਕਿਸ ਵੇਲੇ ਜਾਂਦੇ ਨੇ ਉਹ ਯਾਰ ਤੂੰ ਨਾ ਵੱਧ ਘੱਟ ਬੋਲ ਮੈਂ ਚੁੱਪ ਕਰੀ ਜਾਂਦਾ ਮੈਂ ਤੂੰ ਕਾਹਨੂੰ ਹੁੱਜਾਂ ਖਾ ਲੇਗਾ ਹੋਰ ਮੈਂ ਜਾ ਬਾ ਜਾ ਤੂੰ ਦੇਖ ਲੈ ਚੰਗਾ ਬਈ ਗੱਲ ਨਾਲੇ ਉਹਨਾਂ ਨੂੰ ਜਾ ਕੇ ਦੱਸ ਦੀ ਇਦੋਂ ਬਾਅਦ ਐਂਟਰੀ ਬੰਦ ਹੈ ਬਸ ਠੀਕ ਹੈ ਇਦੋਂ ਬਾਅਦ ਕਿਸੇ ਨੇ ਨਹੀਂ ਆਉਣਾ ਉਰੇ ਬਸ ਠੀਕ ਆ ਮਨਜ਼ੂਰੀ ਹੈ ਨਹੀਂ ਅਸਲ ਮੇਰਾ ਮੇਰੇ ਸਾਲਿਆਂ ਮੈਨੂੰ ਕਰੰਟ ਵਾਲੀਆਂ ਤਾਰਾਂ ਲਵਾਉਣੀਆਂ ਪੈਣਗੀਆਂ ਓਏ ਐਂ ਕਾਹਨੂੰ ਤੁਸੀਂ ਹਟਦੇ ਹੋ ਅੱਧੀ ਰਾਤ ਆਉਣ ਤਨ ਜਿੱਤਾ ਬਈ ਨਾ ਬਾ ਜਾ ਬੇਈਮਾਨ ਏ ਸਾਲੇ ਤੂੰ ਗੰਦ ਪਾਇਆ ਤੂੰ ਹੁਣ ਆਈ ਚੰਗਾ ਮੁੜ ਕੇ ਖੜਕਾਈ ਬਾਹਰ ਏ ਬਈ ਦੁੱਖ ਤਾਂ ਬਲਵੀਰ ਉਹਦੇ ਵੀ ਲੱਗਿਆ ਹੋਊ ਏ ਮੌਰ ਛਾਂ ਕਿਤੇ ਨੇ ਤਾਂ ਮੇਰੇ ਨਾਲ ਪੀਤੀ ਪੀਤੀ ਆ ਗਿਆ ਸੇਵਿਆਂ 'ਚ ਹੀ ਆਉਣਾ ਤੁਹਾਡੇ ਕੋਲ ਆਉਣਾ ਇਹਦਾ ਸਾਲਾ ਸੇਵਿਆਂ ਦੇ ਨਾਂ ਨੂੰ ਅੱਧੀ ਤਾਂ ਲੈ ਵੀ ਗਈ ਹੈ ਘਰੇ ਰੱਖੂ ਤਾਂ ਮੇਰਾ ਸਾਲਾ ਕੁੱਤਾ ਜਾ ਵਗ ਜਾ ਮੇਰਾ ਸਾਲਾ ਕੀ ਮੰਗਦਾ ਸਾਹ ਤਾਂ ਚੜਾਈ ਜਾਂਦਾ ਇੱਥੇ ਹੋਣਗੇ ਮੇਰਾ ਸਾਲਿਆ ਬੌਲਿਆ ਦਾਰੂ ਦੇ ਲਾਲ ਚੁਰਿਆਤ ਆ ਗਿਆ ਜੇ ਮੂਹਰੋਂ ਕੋਈ ਭੂਤ ਨਹੀਂ ਟੱਕਰ ਗਈ ਨਾ ਤਾਂ ਵੀ ਤਾਂ ਹੀ ਨਹੀਂ ਚੜ੍ਹਨੀ ਐਂ ਦੇਖ ਲਈ ਬੋਲ ਮਾਰ ਕੇ ਦੇਖਾਂ ਬਾਬੇ ਨੂੰ ਬਾਬਾ ਹਰੀ ਬਾਜ ਕੋਈ ਆਈ ਚੁੱਪ ਕਰ ਜਾ ਚੁੱਪ ਕਰ ਜਾ ਬਾਬਾ ਮੈਂ ਤਾਂ ਤਾਂ ਐਂ ਬੋਲਦਾ ਕੀ ਪਤਾ ਇਕੱਲੇ ਬਾਬੇ ਨੂੰ ਸਮਝ ਆਊ ਮੇਰਾ ਸਾਲਾ ਜੰਤਰ ਫਿਰਦਾ ਇੱਥੇ ਹੈਂ ਨਾ ਕੋਈ ਭੂਤਾ ਉੱਠ ਕੇ ਆ ਜੇ ਇੰਨਾ ਕੁ ਨਹੀਂ ਤਾਂ ਦਿਨ ਹੋਊ ਸੁੱਤੇ ਪਏ ਨੇ ਸਾਰੇ ਭੂਤਾਂ ਪਾਤੀਆਂ ਤਾਂ ਮੈਂ ਦਰਾਤਾ ਮੇਰਾ ਸਾਲਾ ਨਸ਼ਾ ਟੁੱਟਦਾ ਜਾਂਦਾ ਹੋਏ ਆਖਰੀ ਬੋਲ ਮਾਰੂੰ ਆਖਰੀ ਜੇ ਤਾਂ ਆ ਗਿਆ ਆ ਗਿਆ ਨਹੀਂ ਭੈਣ ਮਰਾਵੇ ਬਾਬਾ ਤੇਰੀ ਭੈਣ ਦੀ ਹਾਏ ਹਾਏ ਮਸਾਂ ਆਇਆ ਭੱਜ ਕੇ ਰਾਜੂ ਕੇ ਬੁੜੇ ਕਾ ਬੋਲ ਲੱਗਿਆ ਮੈਨੂੰ ਤਾਂ ਜਿਵੇਂ ਬੁੜਾ ਬੋਲਦਾ ਹੁੰਦਾ ਰਾਜੂ ਕਾ ਇੱਕ ਦੋ ਤਿੰਨ ਬਈ ਆਪਾਂ ਨਹੀਂ ਸਿਵਿਆਂ 'ਚ ਜਾਂਦੇ ਇਹਨਾਂ ਨੂੰ ਭਾਲਣ ਕੰਜਰਾਂ ਨੂੰ ਖੇਰ ਤਖਤ ਪੂਸ ਵੀ ਵਿਹਲਾ ਪਿਆ ਉਹ ਕਿੱਥੇ ਮਰਿਓ ਮੇਰੀ ਜਾਨ ਲੈਣ ਵਾਲੀ ਕਰ ਰੱਖਿਆ ਤੁਸੀਂ ਪਤਾ ਨਹੀਂ ਪਊਆ ਹੋਊ ਪਤਾ ਨਹੀਂ ਨਾ ਇਹਨਾਂ ਕੋਲ ਸਾਲਾ ਘਰੇ ਜਾ ਆਏ ਸਿਵਿਆਂ 'ਚ ਜਾ ਆਏ ਖੇਤ ਵੀ ਆ ਗਏ ਚੌਥਾ ਸਥਾਨ ਰਹਿ ਗਿਆ ਅੱਡਾ ਅੱਡੇ 'ਚ ਹੀ ਹੋਣਗੇ ਚੱਲ ਉਹ ਮਨ ਅੱਡੇ 'ਚ ਸਹੀ ਓ